ਪੰਜਾਬ ਦੇ ਵਿੱਚ ਜਿਹੜੇ ਖਾਲਿਸਤਾਨੀ ਆ ਜਾਂ ਕੱਟੜ ਧਾਰਮਿਕ ਜੇ ਕਹਿਣਾ ਹੋਵੇ, ਉਹਨਾਂ ਨੂੰ ਵੀ ਤਕਲੀਫ ਹੁੰਦੀ ਹੈ। ਸਿੱਖੀ ਦੀ ਗੱਲ ਕਿਉਂ ਨਹੀਂ ਕਰਦੇ, ਧਰਮ ਦੀ ਗੱਲ ਕਿਉਂ ਨਹੀਂ ਕਰਦੇ? ਜੇ ਦਿੱਲੀ ਅਸੀਂ ਇਕੱਲੇ ਪੰਜਾਬ ਵਾਲੇ ਗਏ ਹੁੰਦੇ, ਸਾਨੂੰ ਖਾਲਿਸਤਾਨੀ ਕਹਿ ਕੇ ਕੁੱਟ ਕੇ ਮਾਰ ਭੇਜ ਦੇਣਾ ਸੀ ਉਹਨਾਂ ਨੇ। ਇਹ ਕਾਮਰੇਡਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਪੁਤਲੇ ਫੂਕਲੇ ਆਪ ਟੋਲ ਪਲਾਜੇ ਰੋਕ ਲਏ, ਨਿੱਕੇ ਨਿੱਕੇ ਕੰਮ ਜੇ ਕਰਦੇ। ਦਿੱਲੀ ਕਿਉਂ ਨਹੀਂ ਜਾ ਰਹੇ, ਇਹ ਡਰੇ ਬੈਠੇ ਨੇ, ਇਹ ਇੱਥੇ ਬੈਠੇ ਨੇ। ਜਿਹੜੇ ਭਰਾ ਬਾਰਡਰਾਂ 'ਤੇ ਰੋਕ ਲਏ, ਉਹਨੂੰ ਵੀ ਕੋਈ ਕਹੇ ਵੀ ਦਿੱਲੀ ਨਹੀਂ ਗਏ ਭਾਈ, ਤੁਸੀਂ ਬਾਰਡਰਾਂ 'ਤੇ ਬੈਠੇ ਹੋ। ਕੱਕ ਆਪਣਾ ਕੋਲਡ ਆ ਜਿਹੜਾ ਇਹਨਾਂ ਦਾ ਜਨ ਸੈਕਟਰੀ ਹੈ ਸਿੱਧੂਪੁਰ ਦਾ, ਉਹਦੀਆਂ ਸਾਰੀਆਂ ਇੰਟਰਵਿਊਆਂ ਦੇਖੋ, ਯਾਨੀ ਕੋਈ ਇੰਟਰਵਿਊ ਇਹੋ ਨਹੀਂ ਜਿਹੜੀ ਐਂ ਕਰੀ ਹੋਵੇ ਉੱਥੇ ਨਾ ਅਟੈਕ ਕੀਤਾ ਹੋਵੇ। ਇਹ ਹੁਣ ਜਿਹੜੇ ਐਂ ਅਟੈਕ ਕਰਦੇ ਆ, ਉਹ ਤਾਂ ਚਾਹੁੰਦੇ ਹੋਣਗੇ ਵੀ ਮਰ ਨਾ ਜਾਣ ਇਹ ਸਾਰੇ। ਜਗਿੰਦਰਗ੍ਰਾਹਾਂ ਦਾ ਪਿੰਡ ਹੈ ਭਗਵੰਤ ਮਾਨ ਦੇ ਨੇੜੇ, ਕਹਿੰਦੇ ਇਹ ਵੀ ਬੜਾ ਗਰਮ ਨਹੀਂ ਬੋਲਦੇ, ਇਹ ਵੀ ਆਪਦੇ ਠੰਡੇ ਠੰਡੇ ਐਕਸ਼ਨ ਰੱਖਦੇ ਆ ਭਗਵੰਤ ਮਾਨ। ਦੇਖੋ ਇਹ ਤਾਂ ਹੁਣ ਇੱਧਰਲਾ ਗੱਲ ਵੱਡੀ ਆ ਗਈ, ਨਹੀਂ 24 ਨੂੰ ਸਾਨੂੰ ਦਿਖਾ ਦੇਣਾ ਸੀਗਾ, 24 ਨੂੰ ਸਾਡਾ ਚੰਡੀਗੜ੍ਹ ਜਾਣ ਦਾ ਸੀਗਾ, ਉਹ 'ਚ ਦਿਖਾ ਦੇਣਾ ਸੀਗਾ ਵੀ ਸਾਡੀ ਨੇੜਤਾ ਕਿੰਨੀ ਹੈ। ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਹਰਿਆਣਾ ਸਰਕਾਰ ਦੇ ਪੁਤਲੇ ਫੂਕੇ ਜਾਣੇ ਆ। ਉਹ ਪੁਤਲੇ ਫੂਕਣ ਦੇ ਲਈ ਇਕੱਠ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਵੀ, ਉੱਥੇ ਸਾਡੇ ਨਾਲ ਚੰਡਾ ਸਿੰਘ ਜੇਠੂਕੇ ਜੀ ਨੇ ਗੱਲਬਾਤ ਕਰਦੇ ਆ। ਪ੍ਰਧਾਨ ਜੀ, ਕਿਵੇਂ ਕੱਲ੍ਹ ਜਿਹੜਾ ਕੱਲ੍ਹ ਦੀ ਮੀਟਿੰਗ ਦੇ ਵਿੱਚ ਕੀ ਫੈਸਲੇ ਸੀ ਜਿਹੜੇ ਲਏ ਗਏ ਆ, ਜਿਸ ਤੋਂ ਬਾਅਦ ਆਹ ਸਾਰਾ ਕਿਤੇ, ਅਤੇ SKM ਜਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਜਿਹੜਾ ਕੁਝ ਵਾਪਰਿਆ ਉਹਨੂੰ ਲੈ ਕੇ ਕਿੰਨੇ ਕੁ ਚਿੰਤਤ ਹੈ? ਦੇਖੋ, ਜਿੱਡਾ ਵੱਡਾ ਸਰਕਾਰ ਨੇ ਧੱਕਾ ਕੀਤਾ ਹੈ ਬਾਰਡਰਾਂ 'ਤੇ, ਕੰਧਾਂ ਕੱਢਣੀ, SKM ਦੀ ਰੋਕ ਲਾਉਣੀ, ਦੂਜੇ ਪਾਸੇ ਕੋਈ 10 ਮਿੰਟ ਪੈਂਦਾ ਅਗਲਾ ਕਹਿੰਦੇ ਤੁਸੀਂ ਸੜਕ ਰੋਕ ਲਈ, ਲੋਕ ਹੈਰਾਨ ਹੁੰਦੇ ਆ। ਸਰਕਾਰ ਨੇ ਕਿੱਡੀ ਵੱਡੀ ਤਕਲੀਫ ਖੜੀ ਕਰੀ ਹੋਈ ਹੈ ਹਰਿਆਣੇ ਦੇ ਲੋਕਾਂ ਨੂੰ, ਜਿਹੜੇ ਪੰਜਾਬ ਦੇ ਲੋਕ ਵੀ ਦਿੱਲੀ ਵਗੈਰਾ ਜਾਂਦੇ ਆ, ਬਹੁਤ ਵੱਡੀ ਸਮੱਸਿਆ ਖੜੀ ਹੋਈ ਆ, ਕੱਚੇ ਬੱਚੇ ਰਾਹਾਂ ਦੀ ਜਾਨ ਲੰਘਦੇ ਆ। ਇਹਦੀ ਅਸੀਂ ਜਿੱਦੇ ਉਹਨਾਂ ਨੇ ਲਾਏ ਆ, ਅਸੀਂ 13 ਤਰੀਕ ਨੂੰ ਇਹਦੇ ਨਿਖੇਧੀ ਦਾ ਬਿਆਨ ਦਿੱਤਾ ਸੀਗਾ। ਉਸ ਤੋਂ ਬਾਅਦ ਜਦੋਂ ਹੁਣ ਉਹਨਾਂ 'ਤੇ ਜ਼ਬਰ ਕੀਤਾ, ਅਥਰੂ ਗੈਸ ਦੇ ਗੋਲੇ ਛਿੱਟੇ ਆ ਵਗੈਰਾ, ਮੁੰਡਾ ਸ਼ਹੀਦ ਹੋ ਗਿਆ, ਉਦੋਂ ਪਹਿਲਾਂ ਹੀ ਗੋਲੇ ਬਰਨ ਦੇ ਨਾਲ ਹੀ ਅਸੀਂ ਰੇਲਾਂ ਦਾ ਜਾਮ ਦਾ ਸੱਦਾ ਦਿੱਤਾ ਹੈਗਾ। ਪੰਜਾਬ ਦੇ ਵਿੱਚ 22 ਟੂਲ ਪਲਾਜੇ ਰੋਕੇ ਹੋਏ ਸੀ, 3 ਅਸੀਂ ਮੰਤਰੀਆਂ ਦੇ ਜਿਹੜੇ ਭਾਜਪਾ ਦੇ ਮੇਨ ਬੰਦੇ ਹੈਗੇ ਆ ਕਹਿ ਲਓ ਪਾਰਟੀ ਦੇ, ਅਸੀਂ ਉਹਨਾਂ ਦੇ 12 ਮੂਹਰੇ ਬੈਠੇ ਸੀ। ਉਸ ਤੋਂ ਬਾਅਦ ਪੰਜਾਬ ਦੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ, ਉਹ 3 ਦਿਨਾਂ ਦਾ ਸੱਦਾ ਫਿਰ ਆਇਆ ਸੀਗਾ ਵੀ ਸਾਰੇ ਇਹਨਾਂ ਦੇ ਜ਼ਿਲ੍ਹਾ ਤੋਂ ਲੈ ਕੇ ਜਿਹੜੇ ਸੂਬੇ ਦੇ ਕਦੇ ਉਹਨਾਂ ਦੇ 12 'ਚ ਬੈਠੋ ਅਤੇ ਟੂਲ ਫਰੀ ਕਰੋ, ਸਾਰੇ ਪੰਜਾਬ ਦੇ 3 ਦਿਨ ਟੂਲ ਫਰੀ ਰਹੇ ਹੈ। 22 ਤਰੀਕ ਦੀ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ, ਉਹਦੇ 'ਚ 2-3 ਫੈਸਲੇ ਹੋਏ ਆ, ਬਹੁਤ ਅਹਿਮ ਫੈਸਲੇ ਹੈਗੇ ਆ। ਇੱਕ ਫੈਸਲਾ ਤਾਂ ਅੱਜ ਅਸੀਂ ਪੂਰੇ ਭਾਰਤ 'ਚ ਲਾਗੂ ਕਰ ਰਹੇ ਹਾਂ ਕਿ ਮੋਦੀ ਅਤੇ ਅੰਮ੍ਰਿਤ ਸ਼ਾਹ ਅਤੇ ਖੱਟਰ ਅਤੇ ਉਹਦਾ ਜਿਹੜਾ ਪੁਲਿਸ ਦਾ ਮੁਖੀ ਹੈ, ਉਹਦਾ ਕੀ ਹੁੰਦਾ ਮੈਨੂੰ DGP, ਇਹਨਾਂ ਦੇ 4 ਦੇ ਪੂਤਲੇ ਬਣਾ ਕੇ ਸਾੜਨੇ ਆ ਮੁਜ਼ਾਹਰੇ ਕਰਕੇ। ਇਦੋਂ ਗਾਹਾਂ ਸਭੀ ਨੂੰ ਪੂਰੇ ਭਾਰਤ ਦੇ ਵਿੱਚ ਜਿਹੜੇ ਟਰੈਕਟਰ ਹੈ ਦਿੱਲੀ ਵੱਲ ਮੂੰਹ ਕਰਕੇ ਮੇਨ ਜਿਹੜੇ ਹਾਈਵੇ ਹੈ ਉਹਨਾਂ 'ਤੇ ਖੜ੍ਹੇ ਕਰਨੇ ਹੈ, ਅਤੇ ਉਸੇ ਦਿਨ ਹੀ ਜਿਹੜਾ WTO ਹੈ, ਜਿਹੜਾ ਆਬੂ ਧਾਬੀ ਦੇ ਵਿੱਚ ਮੀਟਿੰਗ ਹੋ ਰਹੀ ਹੈ ਇਹਨਾਂ ਦੇਸ਼ਾਂ ਦੀ WTO ਦੀ, ਉਹਦਾ ਦਿਓਗਦ ਪੁਤਲਾ ਜਿਵੇਂ ਰਾਵਣ ਨੂੰ ਸਾੜਦੇ ਆਪਣੇ ਪ੍ਰਚਲਿਤ ਹੈ, ਲਗਭਗ ਕੋਸ਼ ਹੈ ਵੀ ਉਸ ਕਿਸਮ ਦੇ ਪੁਤਲੇ ਬਣਾ ਕੇ ਉਹਦੇ ਸਾੜੇ ਜਾਣ, ਅਤੇ ਭਾਰਤ ਸਰਕਾਰ ਨੂੰ ਅੱਗੇ ਉਹ ਤੋਂ ਬਾਹਰ ਆਵੇ ਅਤੇ ਖੇਤੀ ਨੂੰ WTO ਤੋਂ ਬਾਹਰ ਕੱਢੇ। ਜਿਹੜਾ ਉਦੋਂ ਗਾਹਾਂ 14 ਮਾਰਚ ਦਾ ਸੱਦਾ ਹੈਗਾ, ਉਹ ਦਿੱਲੀ ਜਾਣ ਦਾ ਸੱਦਾ ਹੈਗਾ, 1 ਦਿਨ ਦੇ ਵਾਸਤੇ ਜਿਹੜਾ ਉਹ ਰਾਮਲੀਲਾ ਗਰਾਊਂਡ ਹੈ ਉਹਦੇ 'ਚ ਜਾਣ ਦਾ ਹੈਗਾ। ਇਹ ਹੁਣ ਸਰਕਾਰ ਨੇ ਦੇਖਣਾ ਵੀ 1 ਦਿਨ ਦਾ ਉਹਨੇ ਸਾਨੂੰ ਜਾਣ ਵਾਸਤੇ ਥਾਂ ਦੇਣਾ, ਆਗਿਆ ਦੇਣੀ ਕਿ ਨਹੀਂ ਦੇਣੀ, ਜਾਂ ਉਹਨੇ ਜਿਵੇਂ ਇਹਨਾਂ ਭਰਾਵਾਂ ਨੂੰ ਰੋਕਿਆ ਸਾਨੂੰ ਵੀ ਐਂ ਰੋਕਣਾ।
ਫਿਰ ਉੱਥੇ ਉਸੇ ਥਾਂ 'ਤੇ ਜਿੱਥੇ ਰੁਕਣਗੇ ਮੋਰਚੇ ਸ਼ੁਰੂ ਹੋਣਗੇ। ਇਹ ਸੰਯੁਕਤ ਮੋਰਚੇ ਦਾ ਫੈਸਲਾ ਹੈਗਾ। ਤੁਸੀਂ ਹਾਲਾਂਕਿ ਇਹ ਚੀਜ਼ ਤੁਸੀਂ ਕਰ ਰਹੇ ਹੋ ਐਸ ਕੇ ਐਮ ਦੇ ਵੱਲੋਂ ਵੀ, ਤੁਹਾਡੀ ਜਥੇਬੰਦੀ ਵੱਲੋਂ ਵੀ, ਜਿਹੜੀਆਂ ਲਗਾਤਾਰ ਕੀਤੀਆਂ ਜਾ ਰਹੀਆਂ, ਪਰ ਸੋਸ਼ਲ ਮੀਡੀਆ 'ਤੇ ਇੱਕ ਤਬਕਾ ਉਹ ਵੀ ਆ ਜਿਸ ਦੇ ਵੱਲੋਂ ਇਹ ਆਵਾਜ਼ ਲਗਾਤਾਰ ਉਠਾਈ ਜਾ ਰਹੀ ਆ ਕਿ ਇੱਥੇ ਬੈਠ ਕੇ ਕੀ ਹੋਣਾ, ਦਿੱਲੀ ਚੱਲੋ, ਕਿਸਾਨਾਂ ਦਾ ਸਾਥ ਦਿਓ, ਦਿੱਲੀ ਕਿਉਂ ਨਹੀਂ ਜਾ ਰਹੇ, ਇਹ ਡਰੇ ਬੈਠੇ ਨੇ, ਇਹ ਇੱਥੇ ਬੈਠੇ ਨੇ। ਇਹ ਵੀ ਇੱਕ ਤਬਕਾ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਵੱਖ ਵੱਖ ਪ੍ਰਚਾਰ ਕਰ ਰਿਹਾ। ਦੇਖੋ ਜਿਹੜੇ ਭਰਾ ਬਾਰਡਰਾਂ 'ਤੇ ਰੁਕ ਲਏ, ਉਹਨੂੰ ਵੀ ਕੋਈ ਕਹੇ ਵੀ ਦਿੱਲੀ ਨਹੀਂ ਗਏ ਭਾਈ, ਤੁਸੀਂ ਬਾਰਡਰਾਂ 'ਤੇ ਬੈਠੇ ਹੋ, ਜ਼ੁਰਦ ਕੀਤੀ ਹੈ, ਲੰਘਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਦਾ ਜਿੱਡਾ ਵੱਡਾ ਜਾਬਰ ਹੈ, ਤਕੜੀ ਹੈ ਸਰਕਾਰ, ਠੀਕ ਹੈ, ਉਹਨਾਂ ਨੇ ਬਹੁਤ ਵੱਡਾ ਨੁਕਸਾਨ ਕਰਤਾ, ਟਰੈਕਟਰਾਂ ਦਾ ਨੁਕਸਾਨ ਕਰਿਆ, ਬੰਦਿਆਂ ਦਾ ਨੁਕਸਾਨ ਵੀ ਕਰਤਾ ਸਾਡਾ, ਉਹ ਸਾਡੇ ਹਿਸਾਬ ਨਾਲ ਤਾਂ ਦੁਨੀਆਂ ਦੇ ਬਾਰਡਰ 'ਤੇ ਪਹੁੰਚ ਗਏ। ਕੋਈ ਇਹੋ ਜਿਹਾ ਦੇਸ਼ ਨਹੀਂ ਜਿਹਨੂੰ ਐਂ ਨਾ ਪਤਾ ਹੋਵੇ ਵੀ ਭਾਈ ਕਿਸਾਨ ਕਾਹਦੀ ਵਾਸਤੇ ਬੈਠੇ ਹੈ। ਦਿੱਲੀ ਜਾ ਕੇ ਗੱਲ ਨੂੰ ਉਭਾਰਨਾ, ਆਪਦੀਆਂ ਮੰਗਾਂ ਬਣਾਉਣ ਵਾਸਤੇ ਜਾਣਾ ਹੁੰਦਾ, ਉਦੋਂ ਵੱਧ ਗੱਲ ਉੱਭਰ ਗਈ। ਜਿੱਥੋਂ ਤੱਕ ਕੋਈ ਸਾਨੂੰ ਕਹਿੰਦਾ ਹੋਵੇ ਭਾਈ ਤੁਸੀਂ ਤਾਂ ਪੰਜਾਬ 'ਚ ਬੈਠੇ, ਤੁਸੀਂ ਗਏ ਨਹੀਂ, ਤੁਸੀਂ ਡਰਪੋਕ ਹੋ। ਜਦੋਂ ਆਪਾਂ ਦਿੱਲੀ ਮੋਰਚਾ ਲਾਇਆ ਹੋਇਆ ਸੀ, ਸਾਡੀ ਜਥੇਬੰਦੀ 44 ਥਾਵਾਂ 'ਚ ਬੈਠੀ ਸੀਗੀ ਪੰਜਾਬ 'ਚ, ਕੁੱਲ ਸਾਰੀਆਂ ਜਥੇਬੰਦੀਆਂ ਰਲ ਕੇ 100 ਥਾਈਂ ਬੈਠੇ ਸੀ। ਇਹਦਾ ਮਤਲਬ ਉਦੋਂ ਦਿੱਲੀ ਮੋਰਚੇ ਵੇਲੇ ਜਿਹੜੀਆਂ ਪੰਜਾਬ 'ਚ ਬੈਠੀਆਂ ਸੀ ਉਹ ਡਰਦੀਆਂ ਸੀ, ਤਾਂ ਨਹੀਂ ਸੀ ਪੰਜਾਬ 'ਚ ਮੋਰਚੇ ਲਾਏ ਸੀ। ਦੇਖੋ ਕਿਤੋਂ ਵੀ ਜਦੋਂ ਕਿਸੇ ਨਾਲ ਸਾਂਝ ਦਿਖਾਉਣੀ ਆ, ਸਰਕਾਰ 'ਤੇ ਦਾਅ ਪਾਉਣੀ ਹੈ, ਉਹ ਕਿਤੋਂ ਵੀ ਪੈ ਸਕਦੀ ਹੁੰਦੀ ਹੈ, ਜਿੱਥੋਂ ਤੱਕ ਉਸੇ ਜਾਣਦਾ। ਦੇਖੋ ਇੱਕ ਜਥੇਬੰਦੀ ਨੇ ਆਪਦੇ ਤੌਰ 'ਤੇ ਫੈਸਲਾ ਕਰਕੇ ਗਈ ਹੈ, ਜਾਂ ਤਾਂ ਹੁੰਦਾ ਵੀ ਜਾਂ ਤਾਂ ਕੋਈ ਫੌਰੀ ਕੋਈ ਉਹ ਮੀਟਿੰਗ ਕਾਲ ਕਰ ਲਾਂਦੇ ਸਾਰੀਆਂ ਜਥੇਬੰਦੀਆਂ ਨੂੰ, ਉਹਦਾ ਕੋਈ ਸਾਂਝਾ ਪ੍ਰੋਗਰਾਮ ਬਣ ਜਾਂਦਾ, ਚਾਹੇ ਉਹਨਾਂ ਬਾਰਡਰਾਂ 'ਤੇ ਬਣ ਜਾਂਦਾ ਜਾਂ ਵਿਹਲੇ ਬਾਰਡਰਾਂ 'ਤੇ ਡਿਊਟੀ ਜਾਣ 'ਤੇ ਡਿਊਟੀ ਬਣ ਜਾਂਦੀ, ਉਹ ਇਹੋ ਜਿਹਾ ਹੋ ਸਕਦਾ ਸੀ। ਪਰ ਜੇ ਤੁਸੀਂ ਆਮ ਹਰਜਾਨੇ ਵੀ ਜਿਵੇਂ ਦਿੱਲੀ ਹੋ ਜਾ ਵੜੇ, ਇੱਧਰੋਂ ਅਸੀਂ ਵੀ ਜਾ ਵੜੋ, ਆਹ ਸਾਰਾ ਕੁਛ ਹੋ ਸਕਦਾ, ਫਿਰ ਉਹਨਾਂ ਦੇ ਗੱਲ ਪੈ ਜਾਂਦਾ ਵੀ ਇਹ ਤਾਂ ਭਾਈ ਅਸੀਂ ਜਾਣਾ ਸੀ ਆਹ ਵਿੱਚੋਂ ਆ ਕੇ ਜਿਹੜੇ ਰਲ ਕੇ ਇਹਨਾਂ ਨੇ ਗੜਬੜਾਂ ਖੜੀਆਂ ਕਰਾਤੀਆਂ, ਇਹਨਾਂ ਨੇ ਕੋਈ ਨੌਜਵਾਨਾਂ ਨੂੰ ਸਾਨੂੰ ਹਵਾ ਦਿੱਤੀ, ਇਸ ਗੱਲ ਨਾਲ ਵਿੱਥ ਵੱਧਦੀ ਹੈ। ਅਤੇ ਇੱਧਰੋਂ ਸੰਯੁਕਤ ਮੋਰਚੇ ਵੱਲੋਂ ਇਸ ਵਿੱਥ ਨੂੰ ਘਟਾਉਣ ਦੀ ਖਾਤਰ, ਮੈਂ ਉਹ ਗੱਲ ਕਹਿਣੀ ਪਹਿਲਾਂ ਭੁੱਲ ਗਿਆ, 6 ਮੈਂਬਰੀ ਕਮੇਟੀ ਬਣਾਈ ਹੈ ਸਾਡਾ ਸੂਬੇ ਦਾ ਆਗੂ ਅਗਰਾਹਾਂ ਸਾਹਿਬ ਉਸ ਕਮੇਟੀ ਦੇ ਵਿੱਚ ਹੈ। ਡੱਲੇਵਾਲ ਸਾਹਿਬ ਨਾਲ ਗੱਲ ਕਰਨੀ ਹੈ ਕਿ ਠੀਕ ਹੈ ਇਹ ਲੰਮਾ ਸਮਾਂ ਚਲਾਓ, ਆਪਾਂ ਆਓ ਸਾਂਝੀ ਮੀਟਿੰਗ ਕਰਕੇ ਇਹਦਾ ਕੋਈ ਗਾਹਾਂ ਸਾਂਝਾ ਕੋਈ ਪ੍ਰੋਗਰਾਮ ਬਣਾਈਏ, ਉਹ ਉਹਨਾਂ ਨੂੰ ਮਿਲਣਾ ਹੈ। ਇੱਕ ਗੱਲ ਹੋਰ ਹੈ, ਕਹਿੰਦੇ ਜਿਹੜੀਆਂ ਵਾਰੀ ਵਾਰੀ ਤੁਹਾਡੇ ਜਥੇਬੰਦੀ ਨੂੰ ਖਾਸ ਕਰਕੇ ਟਾਰਗੇਟ ਕੀਤਾ ਜਾਂਦਾ ਕਿ ਇਹ ਕਾਮਰੇਡਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਪੁਤਲੇ ਫੂਕਲੇ ਆਪ ਟੋਲ ਪਲਾਜੇ ਰੋਕ ਲਏ, ਨਿੱਕੇ ਨਿੱਕੇ ਕੰਮ ਜੇ ਕਰਦੇ ਰਹਿੰਦੇ। ਦੇਖੋ ਜਿੱਥੋਂ ਤੱਕ ਸਾਡੀ ਜਥੇਬੰਦੀ ਨੂੰ ਟਾਰਗੇਟ ਕਰਦਾ, ਜਥੇਬੰਦੀ ਦਾ ਪੰਜਾਬ 'ਚ ਕਿੰਨੀਆਂ ਹੋਰ ਹੈ, ਉਹ ਕਿਉਂ ਨਹੀਂ ਟਾਰਗੇਟ ਹੁੰਦੀਆਂ? ਕਿਉਂਕਿ ਇਹ ਸੈਂਟਰ ਦੇ ਜੇ ਕਹਿਣਾ ਹੋਵੇ ਉਹਨਾਂ ਦੀ ਉਸ 'ਤੇ ਹਿੱਟ ਲਿਸਟ 'ਤੇ ਹੈ ਇਹ ਜਥੇਬੰਦੀ, ਇਹਨੂੰ ਕਿਵੇਂ ਖੜਿਆਇਆ ਜਾਵੇ? ਇਹਦੇ ਨਾਲ ਹੀ ਜਿੰਨੀਆਂ ਪੰਜਾਬ ਦੇ ਵਿੱਚ ਜਿਹੜੇ ਖਾਲਿਸਤਾਨੀ ਆ ਜਾਂ ਕੱਟੜ ਧਾਰਮਿਕ ਜੇ ਕਹਿਣਾ ਹੋਵੇ, ਉਹਨਾਂ ਨੂੰ ਵੀ ਤਕਲੀਫ ਹੁੰਦੀ ਹੈ, ਕਿਉਂਕਿ ਅਸੀਂ ਕਹਿੰਦੇ ਸਾਡੀ ਜਥੇਬੰਦੀ ਧਰਮ ਨਿਰਪੱਖ ਹੈ। ਉਹਨਾਂ ਦਾ ਹੁੰਦਾ ਵੀ ਜੇ ਤੁਸੀਂ ਪੰਜਾਬ 'ਚੋਂ ਸਿੱਖ ਗਏ, ਫਿਰ ਤੁਸੀਂ ਸਿੱਖੀ ਦੀ ਗੱਲ ਕਿਉਂ ਨਹੀਂ ਕਰਦੇ, ਧਰਮ ਦੀ ਗੱਲ ਕਿਉਂ ਨਹੀਂ ਕਰਦੇ? ਕਿਉਂਕਿ ਜੇ ਲੜਾਈ ਲੜਨੀ ਹੈ ਤਾਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋਵਾਂਗੇ ਤਾਂ ਲੜੀ ਜਾਊਗੀ ਨਾ। ਜੇ ਦਿੱਲੀ ਅਸੀਂ ਇਕੱਲੇ ਪੰਜਾਬ ਵਾਲੇ ਗਏ ਹੁੰਦੇ, ਸਾਨੂੰ ਖਾਲਿਸਤਾਨੀ ਕਹਿ ਕੇ ਕੁੱਟ ਕੇ ਮਾਰ ਭੇਜ ਦੇਣਾ ਸੀ ਉਹਨਾਂ ਨੇ, ਮੰਗਾਂ ਵਿੱਚ ਰੁਲ ਜਾਣੇ। ਜੇ ਉਸ ਗੱਲ 'ਤੇ ਰਹੇ ਵੀ ਭਾਈ ਸਾਰੇ ਧਰਮ ਵਾਲੇ, ਸਾਰੇ ਜਾਤਾਂ ਵਾਲੇ, ਸਾਰੇ ਜਿਹੜੇ ਹੈਗੇ ਆ ਆਪਾਂ ਇੱਕ ਥਾਂ ਹੋ ਕੇ ਲੜੀਏ, ਇਸ ਕਰਕੇ ਜਿੰਨਾ ਕੁ ਜਥੇਬੰਦੀ ਦੀ ਤਾਕਤ ਬਣੀ ਹੋਈ ਹੈ ਇਸ ਕਰਕੇ ਵੀ ਲੜਕਦੀ ਹੈ, ਬਹੁਤ ਸਾਰੇ ਜਥੇਬੰਦੀਆਂ ਨੂੰ ਵੀ ਲੜਕਦੀ ਹੈ, ਅਤੇ ਭਾਈ ਉਹ ਵਿਰੋਧੀਆਂ ਨੂੰ ਤਾਂ ਲੜਕਣੀ ਲੜਕਣੀ ਹੈ, ਇਸ ਕਰਕੇ ਉਹਨਾਂ ਦਾ ਸਾਰਾ ਜ਼ੋਰ ਲੱਗਿਆ ਹੁੰਦਾ। ਹੁਣ ਉਹ ਅਗਾਹਾਂ ਵੀ ਕਹਿੰਦੇ ਵੀ ਇਹਦੇ ਭਾਈ ਟੁੱਟ ਟੁੱਟ ਕੇ ਵੱਗ ਗਏ, ਆਪਣੇ ਮੁਕਤਸਰ ਦਾ ਉਹ ਚਾਰ ਬੰਦੇ ਉੱਥੋਂ ਗਏ, ਸਾਡਾ ਉਸੇ ਪਿੰਡ ਦਾ ਬੰਦਾ ਆਗੂ ਹੈ, ਉਹ ਵੀਡੀਓ 'ਤੇ ਬੋਲੀ ਜਾਂਦਾ ਵੀ ਸਾਨੂੰ ਇੱਕ ਦਿਨ ਸਾਡੇ ਨਾਲ ਗਏ ਸਾਬਤ ਕਰਦੇ ਉਹਨਾਂ, ਅਤੇ ਅਕਾਲੀ ਦਲ ਦਾ ਚੇਅਰਮੈਨ ਹੈ ਉੱਥੇ ਜਾ ਕੇ ਉਹ ਕਹਿੰਦੇ ਸੀ ਗ੍ਰਾਹਾਂ ਨੂੰ ਛੱਡ ਕੇ ਆ ਗਏ ਹਾਂ। ਹੁਣ ਇੱਕ ਬੰਦਾ ਕਹਿੰਦਾ ਮੇਰਾ ਤਾਂ ਜੀ ਗ੍ਰਾਹਾਂ ਵਾਲੀ ਉਹ ਪਾਈ ਹੋਈ ਸੀ, ਸ਼ਲਟ ਪਾਈ ਹੋਈ ਸੀ, ਅਸੀਂ ਮੰਨ ਸਕਦੇ ਹਾਂ ਪਾਈ ਹੋ, ਇਹਦਾ ਮਤਲਬ ਜਜ਼ਬਾਤੀ ਹੋ ਗਈ, ਸ਼ਲਟ ਪਾਈ ਫਿਰਦਾ ਜੀ ਗ੍ਰਾਹਾਂ ਵਾਲੀ ਜਥੇਬੰਦੀ ਨਾਲ, ਇੱਧਰੋਂ ਹੋਇਆ ਤਾਂ ਜਜ਼ਬਾਤੀ ਹੋਇਆ ਉੱਧਰ ਜਾ ਵੜਿਆ।
ਜਜ਼ਬਾਤ ਨਾਲ ਤਾਂ ਘੋਲ ਨਹੀਂ ਲੜੇ ਜਾਂਦੇ, ਘੋਲ ਤਾਂ ਸਿਆਣਪ ਨਾਲ ਲੜੇ ਜਾਂਦੇ ਆ। ਜਿਵੇਂ ਤੁਸੀਂ ਕਿਹਾ ਕਿ ਕੇਂਦਰ ਵੀ ਚਾਹੁੰਦੀ ਆ, ਕੁਝ ਜਥੇਬੰਦੀਆਂ ਵੀ ਚਾਹੁੰਦੀਆਂ, ਪਰ ਜਥੇਬੰਦੀਆਂ ਤਾਂ ਕਿਸਾਨਾਂ ਦੀਆਂ ਨੇ, ਉਹ ਤਾਂ ਕਹਿੰਦੇ ਕਿਸਾਨੀ ਲੜਾਈ ਲੜਦੇ ਆ, ਉਹਨਾਂ ਨੂੰ ਕੀ ਤਕਲੀਫ ਹੋ ਸਕਦੀ ਆ ਉਗਰਾਹਾਂ ਜਥੇਬੰਦੀ ਤੋਂ? ਸਾਰੀਆਂ ਜੇ ਤਕਲੀਫ ਨਹੀਂ, ਅੱਡੋ ਅੱਡੋ ਕਿਉਂ ਆਏ ਜਥੇਬੰਦੀਆਂ? ਜੇ ਬਖਰੇਵੇਂ ਹੈ, ਸਾਰੀ ਕੋਸ਼ਿਸ਼ ਕਰਦੇ ਹੈ, ਅਸੀਂ ਜਦੋਂ ਪਹਿਲਾਂ ਦਿੱਲੀ ਜਾਣਾ ਉਦੋਂ ਸਾਡੇ ਬਾਰੇ ਸਾਰੀਆਂ ਜਥੇਬੰਦੀਆਂ ਕਿੰਨੀਆਂ ਜਥੇਬੰਦੀਆਂ ਕੀ ਕੁਛ ਬੋਲਦੇ ਰਹੀਆਂ, ਹੁਣ ਵੀ ਕੀ ਬੋਲੀ ਜਾਂਦੇ ਆ, ਹਾਲਾਂਕਿ ਅਸੀਂ ਸਪੋਰਟ 'ਤੇ ਖੜ੍ਹੇ ਹਾਂ। ਤੁਸੀਂ ਉੱਥੇ ਕਾਕਾ ਆਪਣਾ ਕੋਰਟ ਆ ਜਿਹੜਾ ਇਹਨਾਂ ਦੇ ਜਨ ਸੈਕਟਰੀ ਹੈ ਸਿੱਧੂਪੁਰ ਦਾ, ਉਹਦੀਆਂ ਸਾਰੀਆਂ ਇੰਟਰਵਿਊਆਂ ਦੇਖੋ, ਯਾਨੀ ਕੋਈ ਇੰਟਰਵਿਊ ਇਹੋ ਨਹੀਂ ਜਿਹੜੀ ਐਂ ਕਰੀ ਹੋਵੇ ਉੱਥੇ ਨਾ ਅਟੈਕ ਕੀਤਾ ਹੋਵੇ ਇੱਧਰ। ਇਹ ਹੁਣ ਜਿਹੜੇ ਐਂ ਅਟੈਕ ਕਰਦੇ ਆ ਉਹ ਤਾਂ ਚਾਹੁੰਦੇ ਹੋਣਗੇ ਵੀ ਆ ਮੁਰਨਾ ਜਾਣ ਇਹ ਸਾਰੇ। ਕੀ ਲੱਗਦਾ ਹੈ ਮਤਲਬ ਤੁਹਾਨੂੰ ਤੋੜਨ ਦੀ, ਮਤਲਬ ਇਹ ਮਸਲਾ ਅਗਰਾਹਾਂ ਨਾਲ ਹੈ ਜਾਂ ਮਸਲਾ ਕੇਂਦਰ ਨਾਲ ਹੈ, ਇਹ ਕੀ ਲੱਗ ਰਿਹਾ ਤੁਹਾਨੂੰ? ਦੇਖੋ ਸਾਰੀਆਂ ਟੋਟਲ ਪਾਰਟੀਆਂ, ਕਿਉਂਕਿ ਦੂਜੀਆਂ ਪਾਰਟੀਆਂ ਕਿਸੇ ਦੀ ਵੋਟਾਂ 'ਚ ਮਤ ਕਰਤੀ ਹੋਰ ਕਰਤੀ, ਅਸੀਂ ਵੋਟਾਂ ਵੋਟਾਂ ਵੇਲੇ ਬਹੁਤ ਆਏ ਹੁੰਦੇ ਹਾਂ ਵੀ ਕੋਈ ਮਤਲਬ ਨਹੀਂ, ਕਿਸੇ ਨੂੰ ਮਰਜ਼ੀ ਬਣਾ ਲਓ, ਕਿਸੇ ਨੇ ਕੁਛ ਨਹੀਂ ਕਰਨਾ, ਅਤੇ ਵੋਟਾਂ ਵੇਲੇ ਅਸੀਂ ਮੁਹਿੰਮ ਚਲਾਉਂਦੇ ਉਹਨਾਂ ਦੇ ਖਿਲਾਫ਼, ਸਰਗਰਮ ਮੁਹਿੰਮ, ਕੋਈ ਇਹੋ ਜਿਹੀ ਚੋਣ ਨਹੀਂ ਜਦੋਂ ਸਰਗਰਮ, ਅਤੇ ਇਸ ਕਰਕੇ ਸਾਰੀ ਔਖੇ ਹੈ। ਇੱਥੇ 18 ਦਿਨ ਚੱਲਿਆ ਆਪਣਾ ਪ੍ਰੋਗਰਾਮ, ਉਦੋਂ ਜਦੋਂ ਨਰਮਾ ਮਰਿਆ ਸੁੰਡੀ ਨਾਲ, ਸਾਰੇ ਲੀਡਰ ਵਿੱਚ ਉਹਨਾਂ ਅਸੀਂ ਬਾਹਾਂ ਫੜ ਕੇ ਉਠਾਇਆ, ਔਰ ਕੀ ਹੈ ਰਾਜਾ ਆਪਣਾ ਉਹ ਰਾਜਾ ਬੜਿੰਗ, ਹੁਣ ਜਿਹਨੂੰ ਐਂ ਆਪਦੇ ਇਕੱਠ 'ਚੋਂ ਬਾਹਾਂ ਫੜ ਕੇ ਬਾਹਰ ਕੱਢਤਾ, ਉਹ ਚਾਹੂਗਾ ਸਾਨੂੰ ਜਿਵੇਂ ਜਿੰਨਾ ਅਸੀਂ ਉਹਨਾਂ ਦੇ ਖਿਲਾਫ਼ ਸਖ਼ਤ ਲੜਦੇ ਹਾਂ, ਜਿਹੜੀ ਵੀ ਕਿਸੇ ਦੀ ਸਰਕਾਰ ਆ ਜੇ, ਯਾਨੀ ਜੋ ਤਾਕਤ ਆ ਸਾਰੀ ਤਾਕਤ ਦੀ ਦਾਅ ਪਾਉਂਦੇ ਅਸੀਂ ਉਹਨਾਂ ਦੇ ਸਿਰ, ਅਤੇ ਮੋੜਵੀਂ ਦਾਅ ਚੱਲਦੇ ਵੀ ਹਾਂ, ਐਂ ਤਾਂ ਫਿਰ ਸਾਰੀ ਔਖੇ ਆ। ਹੁਣ ਆ ਦਾਅ ਉੱਧਰ ਪਾਉਣੀ ਸੀਗੀ ਆਪਣੇ ਭਗਵੰਤ ਮਾਨ 'ਤੇ, 24 ਦਾ ਰੱਖਿਆ ਹੋਇਆ ਸੀ, ਪਰ ਅਸੀਂ ਮੰਨਿਆ ਵੀ ਆਹ ਗੱਲ ਵੱਡੀ ਹੈ, ਜਦੋਂ ਸਾਂਝ ਦਾ ਮਤਲਬ ਇਕੱਲੀ ਗੱਲ ਨੂੰ ਦਿਖਾਉਣ ਦਾ ਮਤਲਬ ਕਿੱਡੀ ਵੱਡੀ ਗੱਲ, ਆਪਦਾ ਜਿਹੜਾ ਉਹ ਵਾਪਸ ਲੈ ਕੇ ਸਾਰਾ ਤੰਤ ਇੱਧਰ ਲਾਇਆ ਹੋਇਆ ਹੈ। ਪ੍ਰਧਾਨ ਸਾਹਿਬ ਮਾਨ ਸਰਕਾਰ ਦੀ ਗੱਲ ਕਰੀਏ, ਮਾਨ ਸਰਕਾਰ ਨੂੰ ਕਿੱਥੇ ਜੇ ਖੜਿਆ ਦੇਖਦੇ ਹੋ? ਕਿਉਂਕਿ ਜੇ ਡਰੋਨ ਦੀ ਗੱਲ ਹੁੰਦੀ ਆ, ਚਾਹੇ ਜਿਹੜਾ ਕਿਸਾਨ ਸ਼ਹੀਦ ਉਹਦੀ ਗੱਲ ਆ, ਪੰਜਾਬ ਦੀ ਸਰਹੱਦ ਦੇ ਵਿੱਚ ਆ ਕੇ ਗੋਲੀ ਵੱਜੀ ਆ, ਡਰੋਨ ਵੀ ਪੰਜਾਬ ਦੀ ਸਰਹੱਦ ਦੇ ਵਿੱਚ ਆਉਂਦੇ ਰਹੇ ਆ, ਪੰਜਾਬ ਸਰਕਾਰ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਦੇਖੋ ਇੱਕੋ ਚੀਜ਼ ਹੈ, ਕੁਰਸੀ ਦੇ ਰੌਲੇ ਇੱਕੋ ਚੀਜ਼ ਹੈ, ਜੇ ਹੁਣ ਪੰਜਾਬ ਦੇ ਵਿੱਚ ਆ ਕੇ ਸੱਦ ਦੇ ਇੱਥੇ ਲਾਇਆ ਤਾਂ ਪੰਜਾਬ ਸਰਕਾਰ ਨੂੰ ਹਾਈ ਕੋਰਟ ਜਾ ਕੇ ਰਿਟ ਪਾਉਣੀ ਚਾਹੀਦੀ ਸੀਗੀ ਵੀ ਸਾਡੇ ਘਰੇ ਤਾਂ 302 ਦਾ ਪਰਚਾ ਦਰਜ ਕਰੋ ਉਹਨਾਂ 'ਤੇ, ਨਹੀਂ ਕੀਤਾ। ਜੇ ਕਿਸਾਨ ਵੱਧਦੇ ਹੈ ਅਤੇ ਇੱਥੇ ਆਪਣੇ ਦੇਖਿਆ ਹੋਣਾ ਤੁਸੀਂ ਆ ਬਠਿੰਡੇ ਅਤੇ ਬਰਨਾਲੇ ਦੀ ਹੱਦ 'ਤੇ ਐਡੀ ਵੱਡੀ ਲਾਈ ਹੋਈ, ਜਾਂਦੀ ਮੈਨੂੰ ਵੀ ਜਾਂਦੇ ਨੂੰ ਘੇਰ ਲਿਆ ਉਹਦੇ 'ਚ, ਮੈਂ ਰੋਕੀ ਗੱਡੀ, ਮੈਂ ਤਾਂ ਇਸ ਕੰਮ ਚੱਲਿਆ, ਪੁਲਿਸ ਵਾਲੇ ਜਾਣਦੇ ਹੈ, ਉਹ ਕਹਿੰਦੇ ਵੀ ਠੀਕ ਹੈ ਜਾਓ। ਜਦੋਂ ਮੈਂ ਮੁੜਦਾ ਆਇਆ ਉੱਥੇ ਬੱਸਾਂ ਲਾਈ ਖੜ੍ਹੇ ਸੀ ਅਤੇ ਉੱਥੇ ਪਾਣੀ ਵਾਲੀਆਂ ਬਸਾੜਾਂ ਮਾਰਨ ਵਾਲੀਆਂ ਲਾਈ ਖੜ੍ਹੇ ਸੀ, ਸ਼ਾਇਦ ਕੋਈ ਅਥਰ ਵਾਲੀ ਗੱਡੀ ਵੀ ਖੜ੍ਹੀ ਹੋਵੇ ਸਾਡੇ ਨਾਲ। ਲੋਕ ਹੁਣ ਜੇ ਦਿੱਲੀ ਜਾਣਾ ਚਾਹੁੰਦੇ ਹੈ, ਪੰਜਾਬ ਸਰਕਾਰ ਇੱਕ ਪਾਸੇ ਕਹਿੰਦੀ ਅਸੀਂ ਬਹੁਤ ਵਿਰੋਧੀ ਹਾਂ ਉਹਦੇ, ਭਾਰਤੀ ਜਨਤਾ ਪਾਰਟੀ ਦੇ, ਅਤੇ ਫਿਰ ਇਹਨਾਂ ਨੇ ਨਾਕੇ ਕਾਹਦੇ ਵਾਸਤੇ ਲਾਏ ਹੋਏ ਹੈ? ਇਹ ਪਖੰਡ ਕਰਦੇ ਹੈ ਵੀ ਹਾਂ ਅਸੀਂ ਲੋਕਾਂ ਨੂੰ ਰੋਕ ਰਹੇ ਹਾਂ, ਅਤੇ ਉੱਥੇ ਰੋਕਿਆ ਇਹਨਾਂ ਨੇ ਜਦੋਂ ਗਾਹਾਂ ਵੱਧਦੇ ਸੀ, ਪੰਜਾਬ ਫੋਰਸ ਨੇ ਉੱਥੇ ਰੋਕਿਆ ਲੋਕ, ਕਿਉਂਕਿ ਪੰਜਾਬ ਬਹੁਤ ਸਾਰੀ ਫੋਰਸ ਲੱਗੀ ਹੋਈ ਆ ਉੱਥੇ। ਤੁਹਾਡੇ 'ਤੇ ਵੀ ਆਉਂਦੀ ਹੈ, ਮਤਲਬ ਕਹਿੰਦੇ ਅਗਰਾਹਾਂ, ਜੋਗਿੰਦਰ ਅਗਰਾਹਾਂ ਦਾ ਪਿੰਡ ਹੈ ਭਗਵੰਤ ਮਾਨ ਦੇ ਨੇੜੇ, ਉਹਦੀ ਹੈਗੀ ਹੈ ਨੇੜਤਾ, ਤਾਂ ਕਰਕੇ ਇਹ ਕਹਿੰਦੇ ਇਹ ਵੀ ਬੜਾ ਗਰਮ ਨਹੀਂ ਬੋਲਦੇ, ਇਹ ਵੀ ਆਪਦੇ ਠੰਡੇ ਠੰਡੇ ਐਕਸ਼ਨ ਰੱਖਦੇ ਆ ਭਗਵੰਤ ਮਾਨ ਨਾਲ। ਦੇਖੋ ਇਹ ਤਾਂ ਹੁਣ ਇੱਧਰਲਾ ਗੱਲ ਵੱਡੀ ਆ ਗਈ, ਨਹੀਂ 24 ਨੂੰ ਤੁਹਾਨੂੰ ਦਿਖਾ ਦੇਣਾ ਸੀਗਾ ਅਸੀਂ, ਜੋ ਅਸੀਂ ਮਸਕੇ ਬਣਾਇਆ ਸੀ, 5 ਦਿਨ ਜ਼ਿਲ੍ਹਾ ਹੈੱਡਕੁਆਰਟਰ 'ਤੇ ਬੈਠੇ ਹਾਂ, 24 ਨੂੰ ਸਾਡਾ ਚੰਡੀਗੜ੍ਹ ਜਾਣ ਦਾ ਸੀਗਾ, ਉਹ 'ਚ ਦਿਖਾ ਦੇਣਾ ਸੀਗਾ ਵੀ ਸਾਡੀ ਨੇੜਤਾ ਕਿੰਨੀ ਹੈ। ਪਿਛਲੇ ਸਾਲ ਵੀ ਅਸੀਂ ਮਤਲਬ ਘੱਟੋ ਘੱਟ 20 ਦਿਨ ਬੈਠੇ ਹਾਂ, 21 ਦਿਨ ਬੈਠੇ ਉਹਦੀ ਕੋਠੀ ਮੂਹਰੇ, ਇਹ ਤਾਂ ਕਹਿਣ ਨੂੰ ਤਾਂ ਕੋਈ ਕੁਛ ਹੀ ਕਹੀ ਜਾਵੇ, ਉਹ ਤਾਂ ਦੇਖੋ ਮੂੰਹ ਤਾਂ ਕਿਸੇ ਦਾ ਫੜਿਆ ਨਹੀਂ ਜਾਂਦਾ, ਅਮਲ 'ਚ ਦਿਖਦਾ ਹੁੰਦਾ ਵੀ ਅਮਲ ਕੀ ਹੈ। ਕੋਈ ਗੱਲ ਨਹੀਂ, ਅਸੀਂ ਤਾਂ ਵਿਹਲੇ ਹੋ ਲਈਏ, ਫਿਰ ਦਿਖਾ ਦਿਆਂਗੇ।